ਆਂਗਣਵਾੜੀ ਵਰਕਰਾਂ ਦਾ ਸਰਕਾਰ ਦੇ ਖਿਲਾਫ ਵਿਰੋਧ ਲਗਾਤਾਰ ਜਾਰੀ ਹੈ। ਇਸ ਨੂੰ ਲੈ ਕੇ ਅੱਜ ਪਟਿਆਲਾ ਦੇ ਡੀਸੀ ਦਫ਼ਤਰ ਦੇ ਬਾਹਰ ਸੈਂਕੜਿਆਂ ਦੀ ਤਾਦਾਦ ਵਿੱਚ ਆਂਗਣਵਾੜੀ ਵਰਕਰਾਂ ਨੇ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਜ਼ਾਹਿਰ ਕੀਤਾ। ਆਂਗਣਵਾੜੀ ਵਰਕਰਾਂ ਨੇ ਕਿਹਾ ਕਿ ਉਹ ਵੱਡੇ ਤੋਂ ਵੱਡਾ ਅੰਦੋਲਨ ਕਰਨ ਲਈ ਤਿਆਰ ਹਨ। ਜੇ ਕੱਲ੍ਹ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗੱਲ ਨਾ ਬਣੀ ਤਾਂ 15 ਤਰੀਕ ਨੂੰ ਉਹ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨਗੇ। ਅੱਜ ਜਿਹੜਾ ਸਾਡਾ ਰੋਸ ਹੈ ਵੀ ਪ੍ਰੀ ਨਰਸਰੀ ਵੀ ਸਾਨੂੰ 2 ਮਹੀਨੇ ਹੋ ਗਏ 3 ਤੋਂ 6 ਸਾਲ ਦੇ ਬੱਚਿਆਂ ਦੇ ਜਿਹੜੀ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਵੀ ਪ੍ਰੀ ਨਰਸਰੀ ਹੈ ਵੀ ਪ੍ਰਾਇਮਰੀ ਸਕੂਲਾਂ ਵਿੱਚ ਖੋਲ੍ਹਿਆ ਜਾਊ। ਆਹ ਸਾਡੀ ਵਰਕਰਾਂ ਵਿੱਚ ਪੂਰਾ ਰੋਸ ਹੈ ਕਿਉਂਕਿ ਸਾਡਾ ਰੁਜ਼ਗਾਰ ਹੈ। ਜੇ ਸਾਡਾ ਅੱਜ ਰੁਜ਼ਗਾਰ ਹੀ ਖੋਇਆ ਗਿਆ ਅਤੇ ਅਸੀਂ ਕਰਾਂਗੇ ਕੀ? ਨਾਲ ਦੀ ਨਾਲ ਜਿਹੜੀ ਜੇ ਸਾਡੀਆਂ 6 ਸੇਵਾਵਾਂ ਨੇ, 6 ਸੇਵਾਵਾਂ ਦੇ ਵਿੱਚ ਅਸੀਂ ਜਿਹੜੀ ਇੱਕ ਪ੍ਰੀ ਸਪਲੀਮੈਂਟਰੀ ਨਿਊਟ੍ਰੇਸ਼ਨ, ਦੂਸਰਾ ਹੈਗਾ ਪ੍ਰੀ ਨਰਸਰੀ ਅਤੇ 4 ਜਿਹੜੀਆਂ ਸੇਵਾਵਾਂ ਸਾਡੀਆਂ ਆਸ਼ਾ ਵਰਕਰਾਂ ਕਰ ਰਹੀਆਂ, ਆਸ਼ਾ ਵਰਕਰਾਂ ਨੂੰ ਦਿੱਤੀਆਂ ਗਈਆਂ ਨੇ। ਅਤੇ ਪੰਜਾਬ ਦੀ ਸਰਕਾਰ ਨੇ ਇਹੋ ਜਿਹੇ ਤਰੀਕੇ ਨਾਲ 1 ਸਾਲ ਹੋ ਗਿਆ ਸਾਨੂੰ ਆਪਣੇ ਡਾਇਰੈਕਟਰ ਸਾਹਿਬ ਨੂੰ ਵੀ ਮੰਗ ਪੱਤਰ ਦਿੰਦਿਆਂ ਨੂੰ ਵੀ ਜਿਹੜੇ ਪ੍ਰੀ ਨਰਸਰੀ ਆ ਥੱਲੇ 3 ਤੋਂ 6 ਸਾਲ ਦੇ ਜਿਹੜੇ ਬੱਚੇ ਆ ਉਹ ਪ੍ਰਾਇਮਰੀ ਸਕੂਲਾਂ 'ਚ ਦਾਖਲ, ਪਰ ਸਾਡੇ ਮਹਿਕਮੇ ਨੇ ਕੋਈ ਦਿਲਚਸਪੀ ਲਈ ਨਾ ਹੀ ਸਾਡੇ ਮਹਿਕਮੇ ਨੇ ਕੋਈ ਇੰਟਰਸਟ ਲਿੱਤਾ ਜਿਹੜਾ ਕਿ ਅੱਜ ਸਾਡੇ ਅੱਜ ਸਾਨੂੰ ਖਜ਼ਾਨਾ ਭਰਨਾ 'ਚ ਪੈ ਰਿਹਾ। ਪੂਰਾ ਲੋਕਾਂ ਦੇ ਵਿੱਚ ਰੋਸ ਹੈ। ਨਾਲ 2 ਮਹੀਨੇ ਸਾਨੂੰ ਪਹਿਲਾਂ ਸਾਡੀ ਜਿਹੜੀ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਅਤੇ ਉਸ ਫੈਸਲੇ ਦੇ ਵਿੱਚ ਹੋਇਆ ਸੀ ਵੀ ਅਸੀਂ ਜਿਹੜੇ ਪ੍ਰੀ ਨਰਸਰੀ ਕਿਸੇ ਆਂਗਣਵਾੜੀ ਵਰਕਰ ਨੂੰ ਜਾਣ ਨਹੀਂ ਦੇਵਾਂਗੇ। ਉਹਦੇ ਵਿੱਚ ਅਸੀਂ 6 ਤਰੀਕ ਨੂੰ ਵੀ ਜਿਹੜੀ ਹੈ ਅਸੀਂ ਗੁਰਦਾਸਪੁਰ ਦੇ ਵਿੱਚ ਵੀ ਐਜੀਟੇਸ਼ਨ ਕੀਤੀ। ਉਸ ਤੋਂ ਬਾਅਦ ਅਸੀਂ 23 ਤਰੀਕ ਨੂੰ ਜਿਹੜਾ ਆਪਣੇ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਇਸੇ ਮੰਗ ਨੂੰ ਲੈ ਕੇ ਪ੍ਰੀ ਨਰਸਰੀ ਨੂੰ ਵੀ ਜਿਹੜੀ ਪ੍ਰੀ ਨਰਸਰੀ ਆ ਸਾਨੂੰ ਪ੍ਰਾਇਮਰੀ ਸਕੂਲਾਂ ਨਾਲ ਅਟੈਚ ਕੀਤਾ ਜਾਵੇ। ਅਤੇ ਉਦੋਂ ਜਿਹੜੀ 23 ਤਰੀਕ ਨੂੰ ਸਾਡੇ ਨਾਲ ਹੋਇਆ, ਸਾਡੀਆਂ ਭੈਣਾਂ ਦੇ ਉੱਤੇ ਰਾਤ ਨੂੰ ਲਾਠੀਚਾਰਜ ਹੋਇਆ ਅਤੇ ਸਾਡੀਆਂ ਭੈਣਾਂ ਨੂੰ ਗੰਦੀਆਂ ਗੰਦੀਆਂ ਪੁਲਿਸ ਨੇ ਗਾਲਾਂ ਕੱਢੀਆਂ, ਉਹਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਅਤੇ ਹੁਣ ਵੀ ਜਿਹੜੀ ਹੈ 3 ਵਾਰੀ CM ਸਾਹਿਬ ਨੇ ਮੀਟਿੰਗ ਦਿੱਤੀ, 3 ਵਾਰੀ ਮੀਟਿੰਗ ਦੇ ਵਿੱਚ ਕੈਂਸਲ ਕੀਤੀ ਗਈ ਹੈ। ਅਤੇ ਹੁਣ ਵੀ ਸਾਡੀ ਜਿਹੜੀ ਮੀਟਿੰਗ ਹੈ ਸਾਡੇ ਮੰਤਰੀ ਜੀ ਨਾਲ, ਸਾਡੇ ਮੰਤਰੀ ਰਜੀਆ ਸੁਲਤਾਨਾ ਨਾਲ ਮੀਟਿੰਗ ਹੋਈ, ਉਹਦੇ ਵਿੱਚ ਅਸੀਂ 2 ਹੀ ਗੱਲਾਂ ਰੱਖੀਆਂ ਗਈਆਂ ਵੀ ਜਿਹੜੀ ਪ੍ਰੀ ਨਰਸਰੀ ਆ ਤੁਸੀਂ ਕਹਿੰਦੇ ਹੋ ਵੀ ਕਿਸੇ ਆਂਗਣਵਾੜੀ ਵਰਕਰ ਹੈਲਪਰ ਨੂੰ ਕੱਢਿਆ ਨਹੀਂ ਜਾਊਗਾ, ਅਤੇ ਨਾਲ ਇਹ ਜਿਹੜੇ DPT ਸਾਡੀ ਸੈਂਟਰ ਦੀ ਮੰਤਰੀ ਨੇ, ਇਹ DPT ਰਾਹੀਂ ਜਿਹੜਾ ਵੀ ਅਸੀਂ ਬੈਂਕਾਂ ਰਾਹੀਂ ਜਿਹੜਾ ਉਹਨਾਂ ਨੂੰ ਵੀ ਅਸੀਂ ਪੈਸੇ ਦੇਵਾਂਗੇ। ਅਤੇ ਅਸੀਂ ਦੋਵੇਂ ਸਵਾਮ ਅਸੀਂ ਕਰ ਰਹੀਆਂ। ਅਤੇ ਅਸੀਂ ਕਿਹਾ ਵੀ ਜਿਹੜੀ DPT ਰਾਹੀਂ ਆ ਬੈਂਕ ਟਰਾਂਸਫਰ ਵੀ ਉਹਨਾਂ ਬੈਨੀਫਿਸ਼ਰੀਆਂ ਨੂੰ ਆ ਜਿਹੜੀ ਅਸੀਂ ਬੈਂਕ ਰਾਹੀਂ ਉਹਨਾਂ ਦੇ ਪੈਸੇ ਭੇਜਾਂਗੇ। ਅਤੇ ਇਹਦੇ ਵਿੱਚ ਜਿਹੜੀ ਆਹ ਲੈਟਰ ਹੈ ਵੀ ਇਹਦੇ ਵਿੱਚ ਸੋਧ ਕਰ ਦਿਓ ਵੀ ਕਿਹੜੇ ਕਿਹੜੇ ਪੈਸੇ ਆ DPT ਰਾਹੀਂ ਦਿੱਤੇ ਜਾਣਗੇ। ਅਤੇ ਨਾਲ ਇਹ ਜਿਹੜੇ ਵੀ ਇਹਦੇ ਵਿੱਚ ਸੋਧ ਕਰੋ ਵੀ ਆਂਗਣਵਾੜੀ ਵਰਕਰ ਅਤੇ ਹੈਲਪਰ ਸਾਰੀਆਂ ਟੋਟਲੀ ਹੋਈ ਪ੍ਰਾਇਮਰੀ ਸਕੂਲਾਂ ਵਿੱਚ ਜਾਣਗੀਆਂ। ਪਰ ਅੱਜ ਤੱਕ ਕਹਿੰਦੇ ਵੀ ਅੱਜ ਰਾਤ ਨੂੰ ਜਿਹੜੀ ਇਹ ਸਟੇਟਮੈਂਟ ਅਸੀਂ ਵੀ ਦੇ ਦਾਂਗੇ, ਪਰ ਅੱਜ ਤੱਕ ਨਾ ਕੋਈ ਸਟੇਟਮੈਂਟ ਹੋਈ ਨਾ ਹੀ ਕੋਈ ਲੈਟਰ ਜਾਰੀ ਹੋਈ। ਅਤੇ ਸਾਡੀ ਆਂਗਣਵਾੜੀ ਵਰਕਰਾਂ 'ਚ ਪੂਰਾ ਰੋਸ ਹੈ। ਅੱਜ ਵੀ ਜਿਹੜਾ ਵੀ ਸਾਨੂੰ ਫਤਿਹਗੜ੍ਹ ਸਾਹਿਬ ਤੋਂ ਕੁੜੀਆਂ ਦੇ ਫੋਨ ਆਏ ਵੀ ਦੀਦੀ ਸਾਨੂੰ ਪ੍ਰਾਇਮਰੀ ਸਕੂਲਾਂ ਵਿੱਚ ਕਹਿ ਰਹੇ ਵੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ ਅਸੀਂ ਪ੍ਰੀ ਸਕੂਲ ਖੋਲ੍ਹਣੇ ਨੇ, ਵੀ ਸਾਡੇ ਜਿਹੜੇ ਸੈਂਟਰ ਇਹ ਵੀ ਤੁਸੀਂ ਆਪਣੇ ਕਮਰੇ ਵਿਹਲੇ ਕਰੋ, ਸਾਨੂੰ ਉਹਨਾਂ ਦੀਆਂ ਚਾਬੀਆਂ ਦਿਓ। ਇੱਕ ਪਾਸੇ ਤਾਂ ਕ੍ਰਿਸ਼ਨ ਕੁਮਾਰ ਜੀ ਕਹਿੰਦੇ ਨੇ ਸੈਕਟਰੀ ਸਾਹਿਬ ਐਜੂਕੇਸ਼ਨ ਦੇ ਵੀ ਅਸੀਂ ਬੜੇ ਪਿਆਰ ਦੇ ਨਾਲ ਆਂਗਣਵਾੜੀ ਵਰਕਰ ਅਤੇ ਹੈਲਪਰ ਨੂੰ ਆਪਣੇ ਸਕੂਲਾਂ ਵਿੱਚ ਲੈ ਕੇ ਜਾਵਾਂਗੇ, ਇਹਨਾਂ ਦੀ ਦੋਗਲੀ ਨੀਤੀ। ਦੂਸਰੇ ਪਾਸੇ ਆਪਣੇ ਟੀਚਰਾਂ ਨੂੰ ਕਹਿੰਦੇ ਨੇ ਵੀ ਇਹ ਜਿਹੜੇ ਸਕੂਲ ਹੈ ਵੀ ਤੁਸੀਂ ਇਹ ਜਿਹੜੇ ਇਹਨਾਂ ਦੇ ਆਂਗਣਵਾੜੀ ਸੈਂਟਰ ਜਿਹੜੇ ਸਕੂਲਾਂ 'ਚ ਲੱਗਦੇ ਨੇ ਉਹਨਾਂ ਤੋਂ ਕਮਰੇ ਲਵੋ ਅਤੇ ਆਪਣਾ ਜਿਹੜੇ ਚਾਬੀਆਂ ਲਵੋ, ਅਤੇ ਇਹ ਦੋਗਲੀ ਨੀਤੀ ਕਦੇ ਵੀ ਚੱਲੇਗੀ ਨਹੀਂ। ਅਤੇ ਨਾਲ ਹੀ ਅੱਜ ਜਿਹੜਾ ਅਸੀਂ ਇੱਥੇ ਤਾਂ ਇਸ ਕਰਕੇ ਇਕੱਠੇ ਹੋਏ ਜੀ, 14 ਤਰੀਕ ਨੂੰ CM ਸਾਹਿਬ ਨੇ ਸਾਨੂੰ ਕੱਲ੍ਹ ਦੀ ਟਾਈਮ ਦਿੱਤਾ, ਅਤੇ ਜੇਕਰ ਕੱਲ੍ਹ ਨੂੰ ਵੀ ਜਿਹੜੀ ਮੀਟਿੰਗ ਕੈਂਸਲ ਹੁੰਦੀ ਹੈ ਤਾਂ 15 ਤਰੀਕ ਨੂੰ ਸਾਡੀਆਂ ਜਿਹੜੀਆਂ ਭੈਣਾਂ ਨੇ ਅੱਜ ਅਸੀਂ ਪ੍ਰਣਾਮ ਪੱਤਰ ਭਰੇ ਨੇ ਅਤੇ
ਅਤੇ ਅਸੀਂ 15 ਤਰੀਕ ਨੂੰ ਫਿਰ ਜੇਲ੍ਹ ਭਰੋ ਅੰਦੋਲਨ ਕਰਾਂਗੇ ਅਤੇ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਜਿਹੜੀ ਆ ਵੀ ਅਸੀਂ ਆਪਣੀ ਨੌਕਰੀ ਖੋਣ ਨਹੀਂ ਦੇਵਾਂਗੇ। ਜਿਹੜੇ ਪ੍ਰੀ ਨਰਸਰੀ ਆ ਉਹ ਅਸੀਂ ਵਾਪਸ ਲੈ ਕੇ ਜਾਵਾਂਗੇ, ਨਹੀਂ ਸਾਨੂੰ ਇਹ ਪ੍ਰਾਈਮਰੀ ਸਕੂਲਾਂ 'ਚ। ਤੁਸੀਂ ਅੱਜ ਮੁੱਦੇ ਨੂੰ ਲੈ ਕੇ ਡੀ ਸੀ ਸਾਹਿਬ ਨੂੰ ਕੋਈ ਮੰਗ ਪੱਤਰ ਦੇਣਾ? ਹਾਂ, ਅਸੀਂ ਅੱਜ ਜਿਹੜਾ ਕਿੰਨੀਆਂ ਕੁੜੀਆਂ ਨੇ ਫਾਰਮ ਭਰੇ ਨੇ ਉਹਦੀ ਅਸੀਂ ਉਹਨਾਂ ਨੂੰ ਇਹ ਦੱਸਣਾ ਵੀ ਇੰਨੇ ਸੂਚਨਾ ਇੰਨੇ ਲੋਕਾਂ ਨੇ ਫਾਰਮ ਭਰੇ ਨੇ ਉਹਦੀ ਤਿਆਰੀ ਕਰ ਲੈਣ ਵੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਣ ਵਾਸਤੇ। ਪਟਿਆਲਾ ਤੋਂ SM1 ਨਿਊਜ਼ ਦੇ ਲਈ ਬਲਜੀਤ ਸਰਨਾ ਦੀ ਰਿਪੋਰਟ।